काफी पढ़ गए हैं। कोई बुजुर्गों जो जवान बैठे हो उन्होंने को नहीं पूछता, जो बुजुर्ग बैठे हो तुम्हारी जिंदगी ज्यादा गुजर चुकी है, इंसाफ ना दसो तुसा अपनी जिंदगी कोई ऐसी मजदूर डिठी है जी 70 साल के बाद अपने शहर आके पूछे इस सामने केड़ा शहर है। इंज लुटी के वली अली दी शरीफ ते इज्जत वाली दी एक बुजुर्गों का बंद मुके मंजल पेकी चंद
ਜਨਾਈਏ ਮੇਰੀ ਸਹਿਣ ਬਿਰਾਦ ਕੋਲ ਗੁਜ਼ਰ ਕੇ। ਇਸ ਜੁਮਲੇ ਦਾ ਤਲਕ ਵੀ ਇਸ਼ਾਰੇ ਨਾਲ ਹੀ ਆਈਏ। ਸਾਰੀਆਂ ਕਤਾਰਾਂ 'ਚ ਬੀਬੀਆਂ ਖਲੋਤੀਆਂ ਹੋਈਆਂ। ਇੱਕ ਦਫ਼ਾ ਸਾਰੀਆਂ ਬੀਬੀਆਂ ਤੋਂ ਡਿੱਠਾ ਇਸ ਬਦਕਨੀਜ਼ਾਂ ਤੋਂ ਦੇਖ ਕੇ ਆਦੀਆਂ ਵੱਲ ਜੁਨੂੰ ਇਹ ਸਾਡੀਆਂ ਕੁਝ ਵੀ ਨਹੀਂ ਲੱਗਦੀਆਂ। ਦੂਜੀ ਦਫ਼ਾ ਜਿਹੜਾ ਬਿਰਾਦ ਕੋਲ ਗੁਜ਼ਰਨ ਦਾ ਇਰਾਦਾ ਕੀਤਾ ਸੀ ਜਨਾਬ ਮੁਹੰਮਦ ਬਾਕਰ, ਪਿਓ ਦੇ ਕਦਮਾਂ 'ਤੇ ਹੱਥ ਲਾ ਕੇ ਅਦਨ ਬਾਬਾ ਹੁਣ ਮੇਰੇ ਤੋਂ ਬਰਦਾਸ਼ਤ ਨਹੀਂ ਆਉਂਦਾ, ਮੈਨੂੰ ਕੁਰਾਨ ਦੀ ਕਸਮ ਵਹਿੰਦੀ ਫੁੱਫੀ ਦੇ ਦਾਮਨ 'ਚ ਹੱਥ ਪਾਇਆ ਦਾਮਨ ਨੂੰ ਛਿੱਕੀ ਲੱਗੀ ਪਿੱਛਾ ਮੁੜ ਕੇ ਡਿੱਠਾ ਬੀਬੀ ਆਦੀ ਉਹ ਮਹਿਲੇ ਕੱਪੜੇ ਵਾਲਾ ਬੱਚਾ ਜੁਰਤ ਕਿਵੇਂ ਕੀਤੀ ਹੈ ਤੈਨੂੰ ਪਤਾ ਨਹੀਂ ਮੈਂ ਅਬਾਸ ਦੀ ਬਦਰੀ ਜੀ ਆ ਕਰਬਲਾ ਦਾ ਮੰਦਰ ਬਣ ਗਿਆ ਮੈਂ ਅਬਾਸ ਦੀ ਬਦਰੀ ਜੀ ਆ ਬਾਕਰ ਨੂੰ ਚਿਹਰੇ ਤੋਂ ਵਾਲ ਹਟਾ ਕੇ ਆਦਿਨ ਫੁੱਫੀ ਅੰਮਾ ਜਦੋਂ ਅਬਾਸ ਦੀ ਬਦਰੀ ਜੀ ਹੈ ਮੇਰੇ ਪਾਸ ਵੇਖ ਮੈਂ ਤੇਰਾ ਬਦਰੀ ਜਾ ਬੀਬੀ ਆਦੀ ਵੇ ਕੌਣ ਬਦਰੀ ਜਾ ਤੇ ਕਿਹੜਾ ਬਦਰੀ ਜਾ ਆਵਾਜ਼ ਨਾ ਤੂੰ ਦੱਸਾ ਤੂੰ ਕਹਿੰਦੀ ਫੁੱਫੀ ਹੈ ਬੀਬੀ ਆਦੀ ਵੇ ਮੈਂ ਤਾਂ ਬਾਕਰ ਜੇ ਸ਼ਹਿਜ਼ਾਦੇ ਦੀ ਫੁੱਫੀ ਆ ਜਿਹੜਾ ਜਾ ਹੁਣ ਜਵਾਨੀ ਵੀ ਅਚੜ ਦੇ ਬਾਕਰ ਮੂੰਹ ਤੋਂ ਵਾਲ ਹਟਾ ਕੇ ਆਦਿਨ ਫੁੱਫੀ ਅੰਮਾ ਮੌਤ ਮਾਰਿਆਂ ਦੇ ਚਿਹਰੇ ਪਹਿਚਾਣ ਦੇ ਕਾਬਿਲ ਤਾਂ ਨਹੀਂ ਹੋਦੇ ਲੇਕਿਨ ਇੱਕ ਦਫ਼ਾ ਮੈਡੇ ਦੇ ਖੰਭੇ ਬਾਕਰ ਬੀਬੀ ਆਦੀ ਵੇ ਜੇ ਤੂੰ ਬਾਕਰ ਦੱਸਾ ਬਾਬਾ ਕਿਨ ਗਈ ਆਵਾਜ਼ਾਂ ਦਾ ਫੁੱਫੀ ਅੰਮਾ ਤੇਰੀਆਂ ਰਾਵਾਂ ਚ ਰੱਤ ਪਿਆ ਰੋਂਦਾ ਫਿਰਾ ਦੇ ਕੋਲ ਹੀ ਨਹੀਂ ਆਈਏ ਜਿਵੇਂ ਜੇ ਕੱਲ ਪਾਸੇ ਪਾਣੀ ਆਉਂਦਾ ਹੱਥ ਜੋੜ ਕੇ ਆਦੀ ਭੈਣ ਮਾਫੀ ਮੰਗਦੀ ਆਈ ਬੀਬੀ ਆਦੀ ਸਜਾ ਤੂੰ ਸਜਾ ਦੇ ਉਹ ਬਾਕਰ ਉਹ ਬਾਕਰ ਤੂੰ ਸਜਾ ਦੇ ਬੱਚੇ ਦੇ ਪਾਸੇ ਲੈ ਕੇ ਆਦੀ ਸਜਾ ਤੂੰ ਜ਼ਮਾਨ ਨਹੀਂ ਮਾਮੇ ਮੈਨੂੰ ਇਨਸਾਫ ਨਾਲ ਲਿਖਿਆ ਮੇਰਾ ਅਕਬਰ ਨਹੀਂ ਫੁੱਫੀਆਂ ਨੇ